नमस्कार जी, मैं हाँ बलविंदर हाली ते तुसी देख रहे हो पंजाब डेयरी। पंजाब दे विच कोरोना नूं लैके जेलां दे विचों जिहड़े कैदी ते हवालाती सीगे उहनां नूं पंजाब सरकार दीआं हदायतां ते परोल ते भेजा गया सी ते हुण उहनां नूं वापस बुलाया जा रिहा। इस वेले जिहड़ी तस्वीर उभर के सामने आ रही आ कि फरीदकोट जेल जिहड़ी मॉडर्न जेल आ उहदे नाल संबंधित ही 450 भेजे गए कैदियों विचों 42 कैदी गैर हाज़र हो गए तो उन्होंने लगातार उन्होंने हुण वख-वख थाणियां दे विच उन्हां दे खिलाफ़ परचे दर्ज हो रहे आ ते वापस नहीं आ रहे। जिहड़ी होर सूचना मिली आ उह ए कि कुछ जिन्हां नूं करोना करके अदालत ने जमानत दे दित्ती सी उहदे विचों भी 38 जिहड़े कैदी सीगे जां हवालाती गिण लो ओह बेल जंप कर गए, वह भी वापस तरीकां ते नहीं आए जां जेल दे विच नहीं गए। इस तरह कुल मिला के की स्थिति आ, ये जिहड़े इस तरह के व्यक्ति आ जिहड़े वापस तरीक ते नहीं आउंदे जां बेल जंप कर जांदे आ वो कानूनी आस्पैक्ट की आ उहदे विच ते उहनां ते की कार्रवाई हो सकती है, उस बारे गलबात करन लई साडे नाल मौजूद ने सीनियर पत्रकार ते सीनियर वकील जसवंत जस। आओ उहनां दे नाल गल करदे आ ते पुछदे आ कि इस तरह जिहड़े गैर हाजर रहिंदे आ उहनां ते किस तरह की कार्रवाई कर सकदी आ पुलिस। इस तरह है कि पंजाब सरकार ने पिछले साल करोना शुरू होने तों बाद फैसला किया सी कि जेलां दे विच जिहड़े ਸਧਾਰਨ ਮੁਲਜ਼ਮ ਹੈਗੇ ਜਿਨ੍ਹਾਂ ਦੇ ਅਫੈਂਸ ਛੋਟੇ ਹੈਗੇ ਆ ਉਹਨਾਂ 'ਚ ਜਿਹੜੇ ਸਜ਼ਾ ਵਾਲੇ ਬੰਦੇ ਹੈਗੇ ਆ ਉਹਨਾਂ ਨੂੰ ਪਰੋਲ 'ਤੇ ਛੱਡਿਆ ਜਾਵੇ ਔਰ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਉਹਨਾਂ ਨੂੰ ਇੱਕ ਤੌਰ 'ਤੇ ਇੱਕ ਵਾਰੀ ਆਰਜ਼ੀ ਜ਼ਮਾਨਤ ਦਿੱਤੀ ਜਾਵੇ ਔਰ ਉਹਨਾਂ ਦੇ ਕੰਡੀਸ਼ਨ ਸੀ ਕਿ ਜਿੰਨਾ ਟਾਈਮ ਅਸੀਂ ਉਹਨਾਂ ਨੂੰ ਬਾਹਰ ਭੇਜਾਂਗੇ ਉਸ ਤੋਂ ਬਾਅਦ ਉਹ ਆਪਦੇ ਆਪ ਸਰੈਂਡਰ ਕਰਨਗੇ ਔਰ ਜੇਲ੍ਹ ਮੈਨੂਅਲ ਦੇ ਮੁਤਾਬਕ ਉਹਨਾਂ ਦਾ ਵਾਪਸ ਆਉਣਾ ਜ਼ਰੂਰੀ ਹੈਗਾ ਔਰ ਹੁਣ ਇਹ ਪਤਾ ਲੱਗਾ ਹੈਗਾ ਕਿ ਜਿਹੜੇ 42 ਕੈਦੀ ਹੈ ਜਿਨ੍ਹਾਂ ਨੂੰ ਸਜ਼ਾ ਹੋ ਗਈ ਸੀ ਔਰ ਉਹਦੀ ਸਜ਼ਾ ਕੱਟ ਰਹੇ ਸੀ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੇ ਕੋਰੋਨਾ ਦੌਰਾਨ ਛੱਡਿਆ ਸੀ ਵੀ ਤਾਂ ਕਿ ਉੱਥੇ ਜਿਹੜਾ ਜੇਲ੍ਹ ਦੀ ਭੀੜ ਘਟਾਈ ਜਾ ਸਕੇ ਅਤੇ ਬੰਦਾ ਆਪਦੀ ਸਿਹਤ ਦਾ ਖਿਆਲ ਕਰੇ ਵਧੀਆ ਰੱਖ ਸਕੇ ਤਾਂ ਉਹਦੇ 'ਚ ਜਿਹੜੇ 42 ਕੈਦੀ ਜਿਹੜੇ ਉਹ ਵਾਪਸ ਨਹੀਂ ਆਏ ਹੈਗੇ। ਟੋਟਲ ਜਿਹੜੇ ਜੇਲ੍ਹ ਅਧਿਕਾਰੀ ਫਰੀਦਕੋਟ ਜੇਲ੍ਹ ਨੇ ਉਹ 450 ਦੇ ਕਰੀਬ ਕੈਦੀ ਭੇਜੇ ਸੀ। ਟੋਟਲ ਇੱਥੇ 2185 ਕੈਦੀਆਂ ਦੀ ਸਮਰੱਥਾ ਹੈਗੀ ਹੈ ਜਿਨ੍ਹਾਂ 'ਚੋਂ 450 ਕੈਦੀ ਛੱਡੇ ਗਏ ਸੀ, 42 ਕੈਦੀ ਜਿਹੜੇ ਹੈਗੇ ਉਹ ਵਾਪਸ ਨਹੀਂ ਆਏ ਹੈਗੇ ਔਰ ਹੁਣ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਵੇਟ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੇ ਸੰਬੰਧਿਤ ਥਾਣੇ ਉਹਨਾਂ 'ਚ ਸ਼ਿਕਾਇਤ ਦਰਜ ਕਰਵਾਈ ਹੈ ਔਰ ਉਹਨਾਂ ਦੇ ਖਿਲਾਫ਼ ਗੁੱਡ ਪ੍ਰਿਜ਼ਨਰਸ ਐਕਟ ਜਿਹੜਾ ਹੈਗਾ ਉਹਦੇ ਤਹਿਤ ਪਰਚੇ ਦਰਜ ਹੋ ਰਹੇ ਹੈਗੇ ਆ ਔਰ ਹਜੇ ਕੁਛ ਬੰਦਿਆਂ ਦੀ ਸੀਮਾ ਹਜੇ ਪੂਰੀ ਨਹੀਂ ਹੋਈ, ਟਾਈਮ ਪੂਰਾ ਨਹੀਂ ਹੋਇਆ, ਐਂ ਲੱਗਦਾ ਕਿ ਹੋਰ ਵੀ ਬੰਦੇ ਜਿਹੜੇ ਹੈਗੇ ਆ ਉਹ ਜੰਪ ਕਰਨਗੇ। ਇਸ ਤੋਂ ਇਲਾਵਾ ਅਦਾਲਤਾਂ ਨੇ ਵੀ ਜਿਹੜੇ 7 ਸਾਲ ਤੱਕ ਦੀ ਸਜ਼ਾ ਵਾਲੇ ਅਫੈਂਸ ਸੀ ਉਹਦੇ ਸਾਰੇ ਕੇਸਾਂ 'ਚ ਮੁਲਜ਼ਮਾਂ ਨੂੰ ਜ਼ਮਾਨਤਾਂ ਦੇ ਦਿੱਤੀਆਂ ਸੀ ਪਰ ਉਹ ਮੁਲਜ਼ਮ ਜ਼ਮਾਨਤਾਂ ਲੈਣ ਤੋਂ ਬਾਅਦ ਜਿਹੜੇ ਉਹਨਾਂ 'ਚੋਂ 38 ਕੈਦੀ ਜਿਹੜੇ ਉਹ ਵਾਪਸ ਨਹੀਂ ਆਏ ਹੈਗੇ। ਟੋਟਲ 262 ਕੈਦੀਆਂ ਨੂੰ ਹਵਾਲਾਤੀਆਂ ਨੂੰ ਜ਼ਮਾਨਤ ਮਿਲੀ ਸੀ, ਉਹਨਾਂ 'ਚ 38 ਜਿਹੜੇ ਹੈਗੇ ਆ ਉਹ ਵਾਪਸ ਨਹੀਂ ਆਏ ਔਰ ਅਦਾਲਤ ਨੇ ਵੀ ਉਹਦੇ ਮਸਲੇ 'ਚ ਜਿਹੜੇ ਜਿੰਨੇ ਜ਼ਮਾਨਤ ਦਿੱਤੀ ਸੀ ਉਹਨਾਂ ਦੇ ਜ਼ਮਾਨਤੀਆਂ ਨੂੰ ਨੋਟਿਸ ਜਾਰੀ ਕੀਤਾ ਹੈਗਾ ਕਿ ਜਿਹੜੇ ਬੰਦੇ ਤੁਸੀਂ ਜ਼ਮਾਨਤ 'ਤੇ ਲੈ ਕੇ ਗਏ ਸੀ ਉਹ ਵਾਪਸ ਨਹੀਂ ਆਏ ਹੈਗੇ ਅਤੇ ਹਜੇ ਵੇਟ ਕਰਨ ਵਾਲੀ ਗੱਲ ਹੋਰ ਵੀ ਇਸ ਤਰ੍ਹਾਂ ਦੀ ਕੇਸ ਸਾਹਮਣੇ ਆ ਸਕਦੇ ਆ ਕਿ ਜਿਨ੍ਹਾਂ ਨੂੰ ਮਤਲਬ ਤਰਸ ਦੇ ਆਧਾਰ 'ਤੇ ਜ਼ਮਾਨਤ ਮਿਲੀ ਸੀ ਜਾਂ ਰਿਹਾਈ ਮਿਲੀ ਸੀ ਜੋ ਵਾਪਸ ਨਹੀਂ ਆਉਂਦੇ ਤਾਂ ਜੇਲ੍ਹ ਅਤੇ ਅਦਾਲਤ ਉਹਨਾਂ ਖਿਲਾਫ਼ ਜਿਹੜੀ ਹੈਗਾ ਇੱਕ ਹੋਰ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੇ। ਇੱਕ ਕਿਹੜੀ ਤਰ੍ਹਾਂ ਤਹਿਤ ਉਹਨਾਂ ਦੇ ਕੇਸ ਦਰਜ ਹੋ ਸਕਦਾ ਜੋ ਗੈਰ ਹਾਜ਼ਰ ਹੁੰਦੇ ਆ, ਜੇਲ੍ਹ ਵਾਲੇ ਵੀ ਪਰਚੇ ਦਰਜ ਕਰੀ ਜਾਂਦੇ ਆ ਉਹਨਾਂ ਦੀ ਹਦਾਇਤਾਂ ਦੇ? ਉਹਦੇ 'ਚ ਵੇਖੋ ਜਿਹੜਾ ਤਾਂ ਜੇਲ੍ਹ ਦਾ ਹੈਗਾ ਉਹ ਤਾਂ ਜਿਹੜਾ ਇੱਕ ਕੈਦੀ ਆ ਉਹਦੇ ਇੱਕ ਚੰਗੇ ਵਿਹਾਰ ਸੰਬੰਧੀ ਕਾਨੂੰਨ ਬਣਿਆ ਹੈਗਾ ਕਿ ਗੁੱਡ ਪ੍ਰਿਜ਼ਨਰਸ ਐਕਟ ਹੈਗਾ ਉਹਦੇ ਤਹਿਤ ਕਰਨਗੇ। ਅਦਾਲਤ ਜਿਹੜੀ ਹੈਗੀ ਆ ਅਦਾਲਤ ਸੈਕਸ਼ਨ 174 ਜਾਂ 174A ਹੈਗਾ ਉਹਦੇ ਤਹਿਤ ਉਹ ਮਤਲਬ ਕਿਸੇ ਅਦਾਲਤ ਦੇ ਸੱਦਣ 'ਤੇ ਤੁਸੀਂ ਕਿਸੇ ਅਦਾਲਤ ਦਾ ਹੁਕਮ ਨਹੀਂ ਮੰਨਦੇ ਜਾਂ ਤੁਸੀਂ ਹੁਕਮ ਦੀ ਅਦੂਲੀ ਕਰਦੇ ਹੋ ਉਹਦੇ ਤਹਿਤ ਸੈਕਸ਼ਨ 174A ਤਹਿਤ ਉਹਨਾਂ ਦੇ ਖਿਲਾਫ਼ ਪਰਚਾ ਦਰਜ ਹੋ ਸਕਦਾ ਔਰ ਇਹਦੇ 'ਚ 3 ਮਹੀਨੇ ਤੋਂ ਲੈ ਕੇ 7 ਸਾਲ ਤੱਕ ਜਿਹੜੀ ਹੈਗੀ ਉਹ ਕੈਦ। ਕੋਰੋਨਾ ਭਾਵੇਂ ਮਹਾਂਮਾਰੀ ਬਣ ਕੇ ਪੂਰੇ ਦੇਸ਼ ਉੱਪਰ ਛਾ ਰਿਹਾ ਹੈ ਪਰ ਇਸ ਦਾ ਸਭ ਤੋਂ ਫਾਇਦਾ ਵੱਧ ਉਠਾ ਰਹੇ ਹਨ ਪੰਜਾਬ ਦੇ ਕੈਦੀ ਅਤੇ ਹਵਾਲਾਤੀ। ਇਹ ਹੁਣ ਹਾਲਾਤ ਠੀਕ ਹੋਣ ਦੇ ਬਾਅਦ ਜਦੋਂ ਵਾਪਸ ਜੇਲ੍ਹ ਆਉਣ ਦੀਆਂ ਤਰੀਕਾਂ ਆਈਆਂ ਤਾਂ ਜੇਲ੍ਹ ਵਿੱਚ ਵਾਪਸ ਨਹੀਂ ਆ ਰਹੇ। ਹਾਲਾਤ ਇਹ ਬਣ ਗਏ ਹਨ ਕਿ 1 ਸਾਲ ਵਿੱਚ ਪਰਿਵਾਰਾਂ ਨਾਲ ਰਹਿਣ ਕਰਕੇ ਹੁਣ ਕੈਦੀਆਂ ਜਾਂ ਹਵਾਲਾਤੀਆਂ ਦਾ ਜੇਲ੍ਹ ਵਿੱਚ ਵਾਪਸ ਆਉਣ ਨੂੰ ਦਿਲ ਹੀ ਨਹੀਂ ਕਰ ਰਿਹਾ ਜਿਸ ਕਰਕੇ ਮਜਬੂਰਨ ਜੇਲ੍ਹ ਪ੍ਰਬੰਧਕਾਂ ਨੂੰ ਇਹਨਾਂ ਦੀ ਵਾਪਸੀ ਨਾ ਹੋਣ ਕਰਕੇ ਇਹਨਾਂ ਖਿਲਾਫ਼ ਕੇਸ ਦਰਜ ਕਰਵਾਉਣੇ ਪੈ ਰਹੇ ਹਨ। ਇਕੱਲੇ ਫਰੀਦਕੋਟ ਮਾਡਰਨ ਜੇਲ੍ਹ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਪਿਛਲੇ ਸਾਲ ਦੀ 25 ਮਾਰਚ ਤੋਂ ਲੈ ਕੇ ਬਾਅਦ 450 ਦੇ ਕਰੀਬ ਕੈਦੀਆਂ ਅਤੇ ਹਵਾਲਾਤੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਦੇ ਡਰੋਂ ਘਰਾਂ ਵਿੱਚ ਪੈਰੋਲ 'ਤੇ ਭੇਜ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ
इस संबंधी बनिया हाई पावर कमेटियां वालों ये पैरोल दियां तरीकां समय समय वधाईयां जांदियां रहियां। हुण इन्हां दी वापसी दियां तरीकां आईयां हन ते ये वापस आउणे शुरू हो गए हन। पर 22 अप्रैल तक जे गल करिए तां 22 कैदी फरीदकोट नाल संबंधित जिहड़ी मॉडर्न जेल आ उहदे विच वापस नहीं आए अपनी पैरोल खत्म होण तों बाद, जिस करके फरीदकोट जिले के थाना कोटकपूरा नाल संबंधित दो कैदी वीरपाल सिंह ते ज्योति जिहड़े कि NDPS एक्ट अते कतल केसां दे विच जेल विच बंद सी ते पैरोल ते भेजे गए सी वापस नहीं आए, तां इन्हां ते जेल प्रशासन वालों लिखण दे बाद पुलिस ने केस दर्ज कर लिया है अते वापस ना आउण वाले सारे ही 42 कैदियों के खिलाफ भी कार्रवाई करन लई संबंधित थाणियां नूं जेल प्रशासन ने लिख दिता है तां कि इन्हां ते केस दर्ज किए जा सकन। जेल प्रशासन अनुसार कई कैदी अपने आप ही वापस आ रहे हैं ते हुण जेल विच वापस आउण दीआं इन्हां नूं तरीकां निश्चित कर दित्तियां गईआं हन। हुण इन्हां कैदियों के आउण दीआं तरीकां 28 अप्रैल 8 मई अते 18 मई पंजाब सरकार वल्लों निश्चित कीतियां गईआं हन ते जिहड़े कैदी पैरोल ते भेजे गए सन इन्हां तरीकां ते उन्हां दीआं पैरोल खत्म हुंदीआं ओह अपने अपने समय अनुसार इत्थे जेल विच हाजरी दे देणगे ते जिहड़े नहीं आउणगे उन्हां दे खिलाफ होर बनदी कार्रवाई ते फिर कार्रवाई की जाएगी। उन्हां कहा कि इन्हां निश्चित तरीकां ते जिहड़े जिहड़े कैदी जां हवालाती वापस जेल नहीं आउंदे तां इन्हां सारयां दे खिलाफ ही कार्रवाई करन लई उन्हां दीआं रहायशां नाल संबंधित थाणियां विच केस दर्ज करन लई कहा जाएगा ते लिखिया भी जाएगा। एक बारी तुहानूं बेनती कर देवां कि अगर तुसीं साडे चैनल ते अज नवें हो ते हाले तक साडा चैनल फॉलो नहीं कीता तां चैनल नूं फॉलो कर लो ताकि जदों भी असीं कोई वीडियो पाईए तां तुहानूं उसका नोटिफिकेशन मिल सके।